ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਜਿੰਨਾ ਵੀ ਕੈਂਡੀਡੇਟ ਨੇ ਡਿਸਟ੍ਰਿਕਟ ਕੋਰਟ ਤਰਨ ਤਾਰਨ ਦੇ ਵਿੱਚ ਪ੍ਰੋਸੈਸ ਸਰਵਰ ਲਈ ਅਤੇ ਪੀ ਐੱਨ ਲਈ ਅਪਲਾਈ ਕੀਤਾ ਸੀ ਜੀ, ਉਹ ਆਪਣੀ ਲਿਸਟ ਦੇ ਸਕਦੇ ਆ ਜੀ, ਕਿ ਜਿਹੜੇ ਐਲੀਜੀਬਲ ਕੈਂਡੀਡੇਟ ਲਿਸਟ ਵਿੱਚ ਹੈਗੇ ਆ ਜੀ, ਸਿਰਫ ਉਹੀ ਇੰਟਰਵਿਊ ਲਈ ਜਾਣਗੇ। ਅਤੇ ਬਾਕੀ ਜਿਹੜੇ ਰਿਜੈਕਸ਼ਨ ਹੋ ਗਈ ਆ ਜੀ, ਉਹ ਦੇਖ ਸਕਦੇ ਕਾਹਤੋਂ ਰਿਜੈਕਟ ਕੀਤਾ ਗਿਆ ਸੀ ਉਹਨਾਂ ਦਾ ਐਪਲੀਕੇਸ਼ਨ ਫੋਰਮ। ਅਤੇ ਬਾਕੀ ਹੈ ਕਿ ਜਿਨ੍ਹਾਂ ਦਾ ਵੀ ਪਹਿਲੀ ਦੋ ਲਿਸਟਾਂ ਦੇ ਵਿੱਚ ਨੇਮ ਹੈਗਾ ਜੀ, ਉਹ ਦੇਖ ਕੇ ਉਹ ਹੀ ਜਾਣਗੇ। ਬਾਕੀ ਮੈਂ ਪੀ ਡੀ ਐੱਫ ਟੈਲੀਗ੍ਰਾਮ ਗਰੁੱਪ 'ਤੇ ਪਾ ਦਾਂਗਾ, ਟੈਲੀਗ੍ਰਾਮ ਦਾ ਲਿੰਕ ਇਸੇ ਵੀਡੀਓ ਦੇ ਅਬਾਊਟ 'ਚ ਆ ਜੀ। ਤਾਂ ਜਿਨ੍ਹਾਂ ਦੀ ਇੰਟਰਵਿਊ ਹੋਣੀ ਆ ਜੀ ਹਲੇ, ਉਹ ਆਪਣੀ ਲਿਸਟ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣ। ਜਿੱਦਾਂ ਆਪਾਂ ਮਤਲਬ ਕਿ ਆਪਾਂ ਦੇਖਦੇ ਹਾਂ ਪੀ ਐੱਨ ਦੀ ਦੇਖਦੇ ਹਾਂ, ਠੀਕ ਹੈ ਜੀ। ਤਾਂ ਉਹਦੇ ਵਿੱਚ ਦੱਸਿਆ ਗਿਆ ਕਿ ਰੋਲ ਨੰਬਰ ਵਾਈਜ਼ ਦੱਸਿਆ ਗਿਆ ਕਿ ਕਿਹੜੇ ਕਿਹੜੇ ਕੈਂਡੀਡੇਟ ਮਤਲਬ ਕਿ ਐਲੀਜੀਬਲ ਆ ਜੀ, ਅਤੇ ਲਿਸਟ ਆਈਆਂ ਨੇ ਜੀ, ਇਹਦੇ ਅਕੋਰਡਿੰਗ ਤੁਸੀਂ ਲਿਸਟ ਚੈੱਕ ਕਰ ਲੈਣੀ ਹੈ ਕਿ ਕਿੱਦਾਂ ਤੁਹਾਡਾ ਮਤਲਬ ਕਿ ਹੈਗੀ ਇੰਟਰਵਿਊ, ਉਹ ਜਿਹੜਾ ਨੋਟੀਫਿਕੇਸ਼ਨ ਆਇਆ ਵਾ। ਅਤੇ ਬਾਕੀ ਦੱਸਿਆ ਕਿ ਰੋਲ ਨੰਬਰ ਵੀ ਦੱਸਤਾ ਤੁਹਾਡਾ, ਠੀਕ ਹੈ ਜੀ, ਕਿ ਕਿਹੜੀ ਕਿਹੜੀ ਕੈਟਾਗਰੀ ਨਾਲ ਸੰਬੰਧਿਤ ਹੋ, ਕੀ ਡੇਟ ਆਫ ਬਰਥ, ਸਾਰਾ ਕੁਝ ਦੱਸਿਆ ਵਾ। ਅਤੇ 14 ਪੇਜ ਦੀ ਮਤਲਬ ਕਿ ਇਹ ਪੀ ਡੀ ਐੱਫ ਆਈ ਹੋਈ ਆ। ਅਤੇ ਜਿੰਨਾ ਵੀ ਕੈਂਡੀਡੇਟ ਨੇ ਅਪਲਾਈ ਕੀਤਾ ਸੀ ਜੀ, ਡਿਸਟ੍ਰਿਕਟ ਕੋਡ ਤਰਨ ਤਾਰਨ ਦੇ ਵਿੱਚ ਆਪਣੀ ਲਿਸਟ ਦੇਖ ਸਕਦੇ ਆ। ਅਤੇ ਇੱਦਾਂ ਹੀ ਆਪਾਂ ਪ੍ਰੋਸੈਸਰ ਵਾਲੀ ਦੇਖਦੇ ਹਾਂ ਜੀ, ਕਿ ਉਹਦੇ ਲਈ ਕਿੰਨੇ ਕੈਂਡੀਡੇਟ ਅਪਲਾਈ ਗਏ ਆ। ਉਹਦੇ ਲਈ ਟੋਟਲ ਅਪਲਾਈ ਗਏ ਆ ਜੀ 163, ਅਤੇ ਉਹਦੀ ਲਿਸਟ ਆ ਚੁੱਕੀ ਆ, ਉਹਨਾਂ ਦੀ ਹਲੇ ਇੰਟਰਵਿਊ ਹੋਣੀ ਆ ਜੀ, ਅਤੇ ਉਹ ਵੀ ਆਪਣੀ ਲਿਸਟ ਚੈੱਕ ਕਰ ਲੈਣ। ਜਿਨ੍ਹਾਂ ਦਾ ਨੇਮ ਇਹਨਾਂ ਦੋਵਾਂ ਲਿਸਟਾਂ ਦੇ ਵਿੱਚ ਹੈਗਾ ਜੀ, ਪਹਿਲੀਆਂ ਦੋਵਾਂ ਦੇ ਵਿੱਚ, ਉਹ ਹੀ ਐਲੀਜੀਬਲ ਆ। ਅਤੇ ਕਿੱਦਾਂ ਦੇਖ ਸਕਦੇ ਹੋ ਆਪ, ਜੇ ਤੁਸੀਂ ਦੇਖਣੀ ਆ ਜੀ, ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਤਰਨ ਤਾਰਨ ਸਰਚ ਕਰਕੇ, ਪਹਿਲੇ ਜੋ ਸਰਚ ਕਰੋਗੇ ਥੱਲੇ ਰਿਕਿਊਰਮੈਂਟ ਆ ਰਿਹਾ ਹੋਊਗਾ, ਉੱਥੇ ਰਿਕਿਊਰਮੈਂਟ ਦੇ ਕਲੀਅਰ ਕਰੋਗੇ ਤੁਹਾਡੇ ਸਾਹਮਣੇ ਇੱਦਾਂ ਦਾ ਆਪਸ਼ਨ ਆ ਜਾਣੀ ਆ। ਉਹ ਤੋਂ ਬਾਅਦ ਜਿਨ੍ਹਾਂ ਦੀ ਰਿਜੈਕਟ ਹੋਏ ਆ ਜੀ, ਉਹ ਕਾਹਤੋਂ ਕੀਤੇ ਗਏ ਆ, ਉਹ ਵੀ ਲਿਸਟ ਦਿੱਤੀ ਗਈ ਆ ਜੀ, ਕਿ ਕੋਈ ਓਵਰੇਜ ਹੋ ਗਿਆ ਜੀ ਜ਼ਿਆਦਾਤਰ, ਠੀਕ ਹੈ ਜੀ। 9 ਜਣਿਆਂ ਨੇ ਪ੍ਰੋਸੈਸਰ ਵਾਲੀ ਅਪਲਾਈ ਕੀਤਾ ਸੀ ਜੀ, ਉਹ ਓਵਰੇਜ ਆ, ਠੀਕ ਹੈ ਜੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਪੀ ਐੱਨ ਵਾਲੀ 'ਚ। ਅਤੇ ਪੀ ਐੱਨ ਵਾਲੀ 'ਚ ਕੀਤੇ ਆ ਜੀ ਟੋਟਲ 37 ਵਾਰ ਕੀਤੇ ਆ, ਕੋਈ ਓਵਰੇਜ ਹੋ ਗਿਆ ਜੀ, ਠੀਕ ਹੈ ਜੀ, ਕੋਈ ਵੱਖਰਾ ਜਾਂ ਕੋਈ ਤਰੀਕੇ ਨਾਲ ਗਲਤ ਇਨਫੋਰਮੇਸ਼ਨ ਲਾਈ ਹੋਊਗੀ ਤਾਂ ਉਹ ਲਾਈ ਆ। ਵੈਸੇ ਜ਼ਿਆਦਾਤਰ ਓਵਰੇਜ ਹੋਏ ਆ ਜੀ, ਰਿਜੈਕਸ਼ਨ ਰਿਜੈਕਟ ਹੋਣ ਦੇ ਫੋਰਮ ਉਹਨਾਂ ਦੇ ਹੋਏ, ਜਿਹੜੇ ਮਤਲਬ ਕਿ ਤੁਹਾਡੇ ਪਹੁੰਚ ਗਏ ਆ ਟਾਈਮ 'ਤੇ, ਪਰ ਰਿਜੈਕਟ ਕਰਤੇ ਆ ਕਿ ਤੁਸੀਂ ਓਵਰੇਜ ਹੋ ਗਏ ਹੋ, ਠੀਕ ਆ ਜੀ, ਜੋ ਇਹਨਾਂ ਨੇ ਡੇਟ ਦੱਸੀ ਸੀ। ਅਤੇ ਬਾਕੀ ਹੁਣ ਜਿੰਨਾ ਵੀ ਕੈਂਡੀਡੇਟ ਦੇ ਐਲੀਜੀਬਲ ਲਿਸਟ ਵਿੱਚ ਨੇਮ ਆਇਆ ਜੀ, ਆਲ ਦੀ ਬੈਸਟ, ਸਭ ਕੈਂਡੀਡੇਟ ਨੂੰ ਆਪਣੀ ਤਿਆਰੀ ਰੱਖੋ ਅਤੇ ਪੜ੍ਹ ਕੇ ਜਾਓ ਕਿ ਤੁਹਾਡੇ ਆਲੇ ਦੁਆਲੇ ਨਾਲ ਇਤਿਹਾਸਕ ਸੰਬੰਧਿਤ ਕੀ ਆ, ਪ੍ਰੈਜੀਡੈਂਟ ਦਾ ਨੇਮ ਕੀ ਆ, ਪ੍ਰਾਈਮ ਮਿਨਿਸਟਰ ਜਿਹੜਾ ਆਪਣਾ ਹੈਗਾ ਵਾ, ਮੁੱਖ ਮੰਤਰੀ ਪੰਜਾਬ ਦਾ ਕਿਹੜੀ ਵਿਧਾਨ ਸਭਾ ਵਾ, ਕੌਣ ਸਪੀਕਰ ਕੌਣ ਆ, ਕਿਹੜਾ ਮਤਲਬ ਕਿ ਉਹਦਾ ਕਿਸ ਦਾ ਮਤਲਬ ਹੈਗਾ ਵਾ, ਜਾਂ ਕੋਈ ਵੀ ਇਵੈਂਟ ਹੋਇਆ ਵਾ, ਜਾਂ ਕੋਈ ਵੀ ਇੱਦਾਂ ਦੀ ਘਟਨਾ ਹੋਈ ਆ ਜਿਹੜੀ ਮਤਲਬ ਕਿ ਵਾਇਰਲ ਆ, ਤਾਂ ਉਹ ਚੀਜ਼ਾਂ ਜ਼ਰੂਰ ਪੜ੍ਹ ਕੇ ਜਾਇਓ, ਕਿ ਤੁਹਾਡੇ ਉਹ ਜਨਰਲ ਨੌਲੇਜ ਵਗੈਰਾ ਵੇਖਣੀ ਉਹਨਾਂ ਨੇ। ਬਾਕੀ ਤੁਹਾਡਾ ਕੌਨਫੀਡੈਂਸ ਚੈੱਕ ਕਰਨਾ ਵਾ, ਤੁਹਾਡੀ ਪਰਸਨੈਲਿਟੀ ਦੇਖਣੀ ਆ, ਇਹ ਚੀਜ਼ਾਂ ਦੇਖ ਕੇ ਉਹਨਾਂ ਨੇ ਤੁਹਾਡੇ ਸਿਲੈਕਟ ਕਰਨਾ ਵਾ। ਅਤੇ ਬਾਕੀ ਜਿੰਨਾ ਵੀ ਕੈਂਡੀਡੇਟ ਨੇ ਜਾਣਾ ਇੰਟਰਵਿਊ ਲਈ, ਆਲ ਦੀ ਬੈਸਟ ਸਭ ਕੈਂਡੀਡੇਟ ਨੂੰ, ਅਤੇ ਵਧੀਆ ਵਧੀਆ ਹੋਵੇ ਤੁਹਾਡੀ ਇੰਟਰਵਿਊ। ਬਾਕੀ ਹੈ ਕਿ ਤੁਹਾਡੀ ਸਿਲੈਕਸ਼ਨ ਹੋਵੇ ਨਾ ਹੋਵੇ, ਤੁਸੀਂ ਇੱਕ ਵਾਰੀ ਜ਼ਰੂਰ ਦੇਖਣਾ ਕਿ ਤੁਹਾਡੀ ਇੰਟਰਵਿਊ ਹੁੰਦੀ ਕਿੱਦਾਂ ਵਾ, ਕੀ ਪੁੱਛਿਆ ਜਾਂਦਾ ਵਾ, ਕਿੱਦਾਂ ਮਤਲਬ ਕਿ ਮਾਹੌਲ ਦੇਖਣਾ ਤੁਸੀਂ ਉਹਨਾਂ ਦਾ, ਠੀਕ ਹੈ ਜੀ। ਅਤੇ ਬਾਕੀ ਕੁਝ ਸਿੱਖਣਾ ਵਾ, ਠੀਕ ਹੈ ਜੀ। ਅਤੇ ਬਾਕੀ ਵਾਹਿਗੁਰੂ ਮਿਹਰ ਕਰੇ ਕਿ ਰੁਜ਼ਗਾਰ ਸਭ ਨੂੰ ਮਿਲੇ।